ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋਈ ਹੈ। ਦੱਸ ਦਈਏ ਕਿ ਕੱਟ ਤੋਂ ਜਦੋਂ ਇੱਕ ਲਾਲ ਰੰਗ ਦੀ ਕਾਰ ਮੁੜਨ ਲੱਗੀ ਤਾਂ ਪਿੱਛੋਂ ਦੀ ਆ ਰਹੀ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਜੋ ਪਿੱਛੋਂ ਆ ਰਹੀ ਕਾਰ ਸੀ ਉਹ ਸੜਕ ਦੇ ਉੱਤੇ ਹੀ ਪਲਟੀ ਹੋ ਗਈ, ਜਿਸ ਦੇ ਕਾਰਨ ਦੋਵਾਂ ਹੀ ਕਾਰ ਸਵਾਰਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ 20 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਅੰਡਰ ਬ੍ਰਿਜ ਵੀ ਬਣਾਇਆ ਗਿਆ ਪਿੰਡ ਦੀ ਐਂਟਰੀ ਦੇ ਉੱਤੇ, ਪਰ ਬੀਤੇ ਦਿਨਾਂ ਜਦੋਂ ਭਾਰੀ ਬਰਸਾਤ ਹੋਈ ਤਾਂ ਅੰਡਰ ਬ੍ਰਿਜ ਦੇ ਵਿੱਚ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਦੇ ਕਾਰਨ ਪਾਣੀ ਭਰ ਗਿਆ, ਜਿਸ ਤੋਂ ਬਾਅਦ ਇਹ ਕਾਰ ਜੋ ਹੈ ਇਹ ਉੱਪਰੋਂ ਨਿਕਲ ਰਹੀ ਸੀ ਅਤੇ ਪਿੱਛੋਂ ਦੀ ਆ ਰਹੀ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਦੋਵਾਂ ਕਾਰਾਂ ਦਾ ਵੱਡਾ ਨੁਕਸਾਨ ਹੋਇਆ ਅਤੇ ਇੱਕ ਸਫੈਦ ਰੰਗ ਦੀ ਕਾਰ ਜੋ ਹੈ ਸੜਕ 'ਤੇ ਪਲਟੀ ਵੀ ਹੋ ਗਈ ਹੈ। ਤਾਂ ਪੰਚਕੂਲਾ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ। 20 ਲੱਖ ਰੁਪਏ ਦੀ ਲਾਗਤ ਦੇ ਨਾਲ ਅੰਡਰ ਬ੍ਰਿਜ ਬਣਾਇਆ ਗਿਆ ਸੀ, ਪਰ ਪਾਣੀ ਭਰਨ ਦੀ ਵਜ੍ਹਾ ਦੇ ਨਾਲ ਜਦੋਂ ਲੋਕ ਇਸ ਕੱਟ ਤੋਂ ਮੁੜ ਰਹੇ ਸੀ ਤਾਂ ਅਚਾਨਕ ਹੀ ਕਿਹਾ ਜਾ ਰਿਹਾ ਕਿ ਪਿੱਛੋਂ ਦੀ ਆ ਰਹੀ ਇੱਕ ਕਾਰ ਨੇ ਦੂਸਰੀ ਕਾਰ ਨੂੰ ਚਪੇਟ ਦੇ ਵਿੱਚ ਲੈ ਲਿਆ। ਜੋ ਲੋਕ ਨੇ ਉਹ ਵੀ ਇਸੇ ਕੱਟ ਨੂੰ ਹੁਣ ਇਸਤੇਮਾਲ ਕਰ ਰਹੇ ਨੇ ਕਿਉਂਕਿ ਅੰਡਰ ਬ੍ਰਿਜ ਦੇ ਵਿੱਚ ਪਾਣੀ ਭਰਿਆ ਹੋਇਆ, ਅਤੇ ਠੀਕ ਉਸੇ ਤਰ੍ਹਾਂ ਜਦੋਂ ਇਹ ਕਾਰ ਵੀ ਉੱਪਰੋਂ ਕੱਟ ਤੋਂ ਮੁੜਨ ਲੱਗੀ ਤਾਂ ਪਿੱਛੋਂ ਤੇ ਆ ਰਹੀ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ ਹੈ। ਹਾਲਾਂਕਿ ਘਟਨਾ ਸਾਰੀ ਹੀ ਕੋਲ ਲੱਗੇ ਇੱਕ CCTV ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋਈ ਹੈ। ਦੱਸ ਦਈਏ ਕਿ ਕੱਟ ਤੋਂ ਜਦੋਂ ਇੱਕ ਲਾਲ ਰੰਗ ਦੀ ਕਾਰ ਮੁੜਨ ਲੱਗੀ ਤਾਂ ਪਿੱਛੋਂ ਤੇ ਆ ਰਹੀ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਜੋ ਪਿੱਛੋਂ ਆ ਰਹੀ ਕਾਰ ਸੀ ਉਹ ਸੜਕ ਦੇ ਉੱਤੇ ਹੀ ਪਲਟੀ ਹੋ ਗਈ, ਜਿਸ ਦੇ ਕਾਰਨ ਦੋਵਾਂ ਹੀ ਕਾਰ ਸਵਾਰਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ 20 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਅੰਡਰ ਬ੍ਰਿਜ ਵੀ ਬਣਾਇਆ ਗਿਆ ਪਿੰਡ ਦੀ ਐਂਟਰੀ ਦੇ ਉੱਤੇ, ਪਰ ਬੀਤੇ ਦਿਨਾਂ ਜਦੋਂ ਭਾਰੀ ਬਰਸਾਤ ਹੋਈ ਤਾਂ ਅੰਡਰ ਬ੍ਰਿਜ ਦੇ ਵਿੱਚ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਦੇ ਕਾਰਨ ਪਾਣੀ ਭਰ ਗਿਆ, ਜਿਸ ਤੋਂ ਬਾਅਦ ਇਹ ਕਾਰ ਜੋ ਹੈ ਇਹ ਉੱਪਰੋਂ ਨਿਕਲ ਰਹੀ ਸੀ ਅਤੇ ਪਿੱਛੋਂ ਦੀ ਆ ਰਹੀ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਦੋਵਾਂ ਕਾਰਾਂ ਦਾ ਵੱਡਾ ਨੁਕਸਾਨ ਹੋਇਆ ਅਤੇ ਇੱਕ ਸਫੈਦ ਰੰਗ ਦੀ ਕਾਰ ਜੋ ਹੈ ਸੜਕ 'ਤੇ ਪਲਟੀ ਵੀ ਹੋ ਗਈ ਹੈ। ਤਾਂ ਪੰਚਕੂਲਾ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ। 20 ਲੱਖ ਰੁਪਏ ਦੀ ਲਾਗਤ ਦੇ ਨਾਲ ਅੰਡਰ ਬ੍ਰਿਜ ਬਣਾਇਆ ਗਿਆ ਸੀ, ਪਰ ਪਾਣੀ ਭਰਨ ਦੀ ਵਜ੍ਹਾ ਦੇ ਨਾਲ ਜਦੋਂ ਲੋਕ ਇਸ ਕੱਟ ਤੋਂ ਮੁੜ ਰਹੇ ਸੀ ਤਾਂ ਅਚਾਨਕ ਹੀ ਕਿਹਾ ਜਾ ਰਿਹਾ ਕਿ ਪਿੱਛੋਂ ਤੇ ਆ ਰਹੀ ਇੱਕ ਕਾਰ ਨੇ ਦੂਸਰੀ ਕਾਰ ਨੂੰ ਚਪੇਟ ਦੇ ਵਿੱਚ ਲੈ ਲਿਆ। ਜੋ ਲੋਕ ਨੇ ਉਹ ਵੀ ਇਸੇ ਕੱਟ ਨੂੰ ਹੁਣ ਇਸਤੇਮਾਲ ਕਰ ਰਹੇ ਨੇ ਕਿਉਂਕਿ ਅੰਡਰ ਬ੍ਰਿਜ ਦੇ ਵਿੱਚ ਪਾਣੀ ਭਰਿਆ ਹੋਇਆ, ਅਤੇ ਠੀਕ ਉਸੇ ਤਰ੍ਹਾਂ ਜਦੋਂ ਇਹ ਕਾਰ ਵੀ ਉੱਪਰੋਂ ਕੱਟ ਤੋਂ ਮੁੜਨ ਲੱਗੀ ਤਾਂ ਪਿੱਛੋਂ ਤੇ ਆ ਰਹੀ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ ਹੈ। ਹਾਲਾਂਕਿ ਘਟਨਾ ਸਾਰੀ ਹੀ ਕੋਲ ਲੱਗੇ ਇੱਕ CCTV ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋਈ ਹੈ। ਦੱਸ ਦਈਏ ਕਿ ਕੱਟ ਤੋਂ ਜਦੋਂ ਇੱਕ ਲਾਲ ਰੰਗ ਦੀ ਕਾਰ ਮੁੜਨ ਲੱਗੀ ਤਾਂ ਪਿੱਛੋਂ ਤੇ ਆ ਰਹੀ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਜੋ ਪਿੱਛੋਂ ਆ ਰਹੀ ਕਾਰ ਸੀ ਉਹ ਸੜਕ ਦੇ ਉੱਤੇ ਹੀ ਪਲਟੀ ਹੋ ਗਈ, ਜਿਸ ਦੇ ਕਾਰਨ ਦੋਵਾਂ ਹੀ ਕਾਰ ਸਵਾਰਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ 20 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਅੰਡਰ ਬ੍ਰਿਜ ਵੀ ਬਣਾਇਆ ਗਿਆ ਪਿੰਡ ਦੀ ਐਂਟਰੀ ਦੇ ਉੱਤੇ, ਪਰ ਬੀਤੇ ਦਿਨਾਂ ਜਦੋਂ ਭਾਰੀ ਬਰਸਾਤ ਹੋਈ ਤਾਂ ਅੰਡਰ ਬ੍ਰਿਜ ਦੇ ਵਿੱਚ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਦੇ ਕਾਰਨ ਪਾਣੀ ਭਰ ਗਿਆ, ਜਿਸ ਤੋਂ ਬਾਅਦ ਇਹ ਕਾਰ ਜੋ ਹੈ ਇਹ ਉੱਪਰੋਂ ਨਿਕਲ ਰਹੀ ਸੀ ਅਤੇ ਪਿੱਛੋਂ ਦੀ ਆ ਰਹੀ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਦੋਵਾਂ ਕਾਰਾਂ ਦਾ ਵੱਡਾ ਨੁਕਸਾਨ ਹੋਇਆ ਅਤੇ ਇੱਕ ਸਫੈਦ ਰੰਗ ਦੀ ਕਾਰ ਜੋ ਹੈ ਸੜਕ 'ਤੇ ਪਲਟੀ ਵੀ ਹੋ ਗਈ ਹੈ। ਤਾਂ ਪੰਚਕੂਲਾ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ। 20 ਲੱਖ ਰੁਪਏ ਦੀ ਲਾਗਤ ਦੇ ਨਾਲ ਅੰਡਰ ਬ੍ਰਿਜ ਬਣਾਇਆ ਗਿਆ ਸੀ, ਪਰ ਪਾਣੀ ਭਰਨ ਦੀ ਵਜ੍ਹਾ ਦੇ ਨਾਲ ਜਦੋਂ ਲੋਕ ਇਸ ਕੱਟ ਤੋਂ ਮੁੜ ਰਹੇ ਸੀ ਤਾਂ ਅਚਾਨਕ ਹੀ ਕਿਹਾ ਜਾ ਰਿਹਾ ਕਿ ਪਿੱਛੋਂ ਤੇ ਆ ਰਹੀ ਇੱਕ ਕਾਰ ਨੇ ਦੂਸਰੀ ਕਾਰ ਨੂੰ ਚਪੇਟ ਦੇ ਵਿੱਚ ਲੈ ਲਿਆ। ਜੋ ਲੋਕ ਨੇ ਉਹ ਵੀ ਇਸੇ ਕੱਟ ਨੂੰ ਹੁਣ ਇਸਤੇਮਾਲ ਕਰ ਰਹੇ ਨੇ ਕਿਉਂਕਿ ਅੰਡਰ ਬ੍ਰਿਜ ਦੇ ਵਿੱਚ ਪਾਣੀ ਭਰਿਆ ਹੋਇਆ, ਅਤੇ ਠੀਕ ਉਸੇ ਤਰ੍ਹਾਂ ਜਦੋਂ ਇਹ ਕਾਰ ਵੀ ਉੱਪਰੋਂ ਕੱਟ ਤੋਂ ਮੁੜਨ ਲੱਗੀ ਤਾਂ ਪਿੱਛੋਂ ਤੇ ਆ ਰਹੀ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ ਹੈ। ਹਾਲਾਂਕਿ ਘਟਨਾ ਸਾਰੀ ਹੀ ਕੋਲ ਲੱਗੇ ਇੱਕ CCTV ਕੈਮਰੇ ਦੇ ਵਿੱਚ ਕੈਦ ਹੋ ਗਈ ਹੈ।
ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋਈ ਹੈ। ਦੱਸ ਦਈਏ ਕਿ ਕੱਟ ਤੋਂ ਜਦੋਂ ਇੱਕ ਲਾਲ ਰੰਗ ਦੀ ਕਾਰ ਮੁੜਨ ਲੱਗੀ ਤਾਂ ਪਿੱਛੋਂ ਦੀ ਆ ਰਹੀ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਜੋ ਪਿੱਛੋਂ ਆ ਰਹੀ ਕਾਰ ਸੀ ਉਹ ਸੜਕ ਦੇ ਉੱਤੇ ਹੀ ਪਲਟੀ ਹੋ ਗਈ, ਜਿਸ ਦੇ ਕਾਰਨ ਦੋਵਾਂ ਹੀ ਕਾਰ ਸਵਾਰਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ 20 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਅੰਡਰ ਬ੍ਰਿਜ ਵੀ ਬਣਾਇਆ ਗਿਆ ਪਿੰਡ ਦੀ ਐਂਟਰੀ ਦੇ ਉੱਤੇ, ਪਰ ਬੀਤੇ ਦਿਨਾਂ ਜਦੋਂ ਭਾਰੀ ਬਰਸਾਤ ਹੋਈ ਤਾਂ ਅੰਡਰ ਬ੍ਰਿਜ ਦੇ ਵਿੱਚ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਦੇ ਕਾਰਨ ਪਾਣੀ ਭਰ ਗਿਆ, ਜਿਸ ਤੋਂ ਬਾਅਦ ਇਹ ਕਾਰ ਜੋ ਹੈ ਇਹ ਉੱਪਰੋਂ ਨਿਕਲ ਰਹੀ ਸੀ ਅਤੇ ਪਿੱਛੋਂ ਦੀ ਆ ਰਹੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਦੋਵੇਂ ਕਾਰਾਂ ਦਾ ਵੱਡਾ ਨੁਕਸਾਨ ਹੋਇਆ ਅਤੇ ਇੱਕ ਸਫੇਦ ਰੰਗ ਦੀ ਕਾਰ ਜੋ ਹੈ ਸੜਕ 'ਤੇ ਪਲਟੀ ਵੀ ਹੋ ਗਈ ਹੈ। ਤਾਂ ਪੰਚਕੂਲਾ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ। 20 ਲੱਖ ਰੁਪਏ ਦੀ ਲਾਗਤ ਦੇ ਨਾਲ ਅੰਡਰ ਬ੍ਰਿਜ ਬਣਾਇਆ ਗਿਆ ਸੀ, ਪਰ ਪਾਣੀ ਭਰਨ ਦੀ ਵਜ੍ਹਾ ਦੇ ਨਾਲ ਜਦੋਂ ਲੋਕ ਇਸ ਕੱਟ ਤੋਂ ਮੁੜ ਰਹੇ ਸੀ ਤਾਂ ਅਚਾਨਕ ਹੀ ਕਿਹਾ ਜਾ ਰਿਹਾ ਕਿ ਪਿੱਛੋਂ ਦੀ ਆ ਰਹੀ ਇੱਕ ਕਾਰ ਨੇ ਦੂਸਰੀ ਕਾਰ ਨੂੰ ਚਪੇਟ ਦੇ ਵਿੱਚ ਲੈ ਲਿਆ। ਜੋ ਲੋਕ ਨੇ ਉਹ ਵੀ ਇਸੇ ਕੱਟ ਨੂੰ ਹੁਣ ਇਸਤੇਮਾਲ ਕਰ ਰਹੇ ਨੇ ਕਿਉਂਕਿ ਅੰਡਰ ਬ੍ਰਿਜ ਦੇ ਵਿੱਚ ਪਾਣੀ ਭਰਿਆ ਹੋਇਆ, ਅਤੇ ਠੀਕ ਉਸੇ ਤਰ੍ਹਾਂ ਜਦੋਂ ਇਹ ਕਾਰ ਵੀ ਉੱਪਰੋਂ ਕੱਟ ਤੋਂ ਮੁੜਨ ਲੱਗੀ ਤਾਂ ਪਿੱਛੋਂ ਤੇ ਆ ਰਹੀ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ ਹੈ। ਹਾਲਾਂਕਿ ਘਟਨਾ ਸਾਰੀ ਹੀ ਕੋਲ ਲੱਗੇ ਇੱਕ CCTV ਕੈਮਰੇ ਦੇ ਵਿੱਚ ਕੈਦ ਹੋ ਗਈ ਹੈ।